हलचल टीवी न्यूज। अज श्री हरिमंदर साहिब विखे एक निजी चैनल अते जगत सुख इंडस्ट्री दे सहयोग नाल श्री हरिमंदर साहिब अते श्री अमृत साहिब विच सैनिटाइजर स्प्रे करन दा उपराला कीता गया, जिस दे चलदे श्रोमणी गुरुद्वारा प्रबंधक कमेटी दे मीत प्रधान रजिंदर सिंह मेहता, मुख्य सकत्तर डॉक्टर रूप सिंह, जथेदार श्री अकाल तख्त साहिब ज्ञानी हरप्रीत सिंह, निजी सहायक महेंद्र सिंह आली आदि विशेष तौर ते पहुंचे ने अते सरबत दे भले दी अरदास तों बाद इस सेवा दी शुरुआत कीती है। अज अपना जिहड़े अकाल चैनल दे मालक ने सरदार अमरीक सिंह कूंडर साहब और उन्हां दे नाल दे होर संगी साथियों वालों एक जिहड़ी सैनिटाइजिंग मशीन है वो अमृतसर साहब के समुचे शहर में होर इलाकों जिते जिते लोड़ आ उन्हें सैनिटाइज करने वास्ते उन्होंने एक दरबार साहब भेट की है। उस तो अलावा उन्होंने टीम जी समुचे तौर पर सारा कार्य आप अपने हाथी करने वास्ते भी उन्होंने टीम जारी रेडी है तैयार आ। उन्होंने अज इत अकाल तख्त साहब से पहुँच के सारे ने जहदर श्री अकाल तख्त साहब ज्ञानी हरप्रीत सिंह जी होर को अरदास कराई है। उन्होंने कर कमलों के नाल ये सैनिटाइजिंग का जो प्रोसैस आ ये स्टार्ट होया और इन्होंने अपने तौर पर जिनी सेवा वध उस तो अलावा जी मशीन इन्हें दिती है जो भी दरबार साहब जोड़े इलाके जो महसूस करे उदों लोड मुताबक उस मशीन की वरतों करके सैनिटाइज कर सकता भावें कि पहला भी व्डे पद्धर उत्ते अमृतसर साहब के आला दुआला होर जिन्हें कलोनिया ने संबंधित गलिया ने संबंधित लीडर रोड ने जिड़िया जोड़े रस्ते दरबार साहब आते हैं जितने संगत आँदी विशेष तौर पर सवेरे या शाम को वो गलिया सारिया अगे आ रही प्रशासन वालों ही श्रोमणी गुरुद्वारा प्रबंधक कमेटी वालों तो होर कुछ जथेबंदियां संस्थावां वालों भी कीतियां गईयां ने सैनिटाइजिंग पर इन्हां दी भावना सी इन्हां सारे रल मिल के अकाल चैनल की सरप्रस्ती थले सारे रल मिल के बड़ी वड्डी सेवा कीती है। मैं अपने वालों और विशेष तौर पर साडे सत्कारयोग प्रधान साहब गोबिंद सिंह लौंगोवाल साहब वालों अकाल चैनल का इन्हां दी सारी टीम का दिल दीआं गहराइयां दा धन्नवाद करदा अकाल पुरख वाहिगुरू दे चरणां च अरदास करदा कि सतगुरु पातशाह बख्शिश करन इन्हां नूं होर पंथक समाज की सेवा करन दी चढ़दी कला बख्शन। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹਾਂਜੀ ਭਾਈ ਆਪਣਾ ਨਾਮ? ਹਾਂਜੀ ਇੱਥੇ ਨਾਲ ਆਪਣਾ ਨਾਮ। ਹਾਂਜੀ ਮੇਰਾ ਨਾਮ ਜੀ ਜਗਤਜੀਤ ਸਿੰਘ ਪਾਸੀ ਹੈ ਜੀ ਲੁਧਿਆਣੇ। ਕਿਹੜਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਜੀ? ਮਸ਼ੀਨ ਭੇਟ ਕੀਤੀ, ਸਪਰੇਅ ਦੀ ਸੇਵਾ ਕੀਤੀ ਜਾ ਰਹੀ ਹੈ। ਕੁਛ ਨਹੀਂ, ਗੁਰੂ ਘਰ ਆਏ ਹਾਂ ਜੀ। 20 ਤਰੀਕ ਤੋਂ ਅਸੀਂ ਸੈਨੇਟਾਈਜ਼ ਦੀ ਸੇਵਾ ਲੁਧਿਆਣੇ ਤੋਂ ਸ਼ੁਰੂ ਕੀਤੀ ਸੀ। ਕਾਫੀ ਅਸੀਂ 4-5 ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਸੇਵਾ ਕਰ ਰਹੇ ਸੀ ਅਤੇ ਇੱਦਾਂ ਹੀ ਪਿੱਛੇ ਸਾਨੂੰ ਮਜੀਠੇ ਆਉਣ ਦਾ ਮੌਕਾ ਮਿਲਿਆ ਅਤੇ ਮਨ ਦੇ ਵਿੱਚ ਖਿਆਲ ਆਇਆ ਵੀ ਗੁਰੂ ਘਰ ਦੇ ਦਰਸ਼ਨ ਕਰੀਏ। ਜਿੱਦਾਂ ਹੀ ਦਰਸ਼ਨ ਕਰਨਾ ਇਹ ਧਿਆਨ 'ਚ ਆਇਆ ਵੀ ਇੱਥੇ ਵੀ ਸੈਨੇਟਾਈਜ਼ ਕਰਨ ਦੀ ਲੋੜ ਹੈ, ਤਾਂ ਅਸੀਂ ਫਿਰ ਮੁੱਖੂ ਸਾਹਿਬ ਜੀ ਜਿਹੜੇ ਹੈਗੇ ਨੇ ਅਕਾਲ ਚੈਨਲ ਤੋਂ ਉਹਨਾਂ ਦੇ ਵੀ ਧਿਆਨ ਦੇ ਵਿੱਚ ਇਹੀ ਬਲਬਲਾ ਉਹਨਾਂ ਦੇ ਮਨ 'ਚ ਚੱਲ ਰਿਹਾ ਸੀ ਅਤੇ ਫਿਰ ਅਸੀਂ ਇੱਕ ਛੋਟੀ ਮਸ਼ੀਨ ਜੇ ਸਾਨੂੰ ਲੱਗੀ ਵੀ ਇੱਕ ਗੁਰੂ ਘਰ ਦੇ ਵਿੱਚ ਅਸੀਂ ਭੇਟਾ ਕਰੀਏ ਜੋ ਸੈਨੇਟਾਈਜ਼ ਦੀ, ਕਿਉਂਕਿ ਆਉਣ ਵਾਲੇ ਹੁਣ ਅੱਜ ਦੀ ਲੋੜ ਆ ਇਸ ਚੀਜ਼ ਦੀ ਵੀ ਸਾਨੂੰ ਵਾਰ ਵਾਰ ਸੈਨੇਟਾਈਜ਼ ਕਰਨਾ ਪਊਗਾ। ਅਤੇ ਇਸ ਲਈ ਇੱਕ ਛੋਟੀ ਮਸ਼ੀਨ ਅਸੀਂ ਗੁਰੂ ਘਰ ਵਾਸਤੇ ਭੇਟਾ ਕਰਨਾ ਆ ਅਤੇ ਪਲੱਸ ਜੋ ਕੈਮੀਕਲ ਆ ਜਿੰਨਾ ਲੱਗੂਗਾ ਤਕਰੀਬਨ 500 ਲੀਟਰ ਕੈਮੀਕਲ ਜਿਹਦੇ ਤੋਂ ਅਸੀਂ 50,000 ਲੀਟਰ ਦਵਾਈ ਬਣਾ ਸਕਦੇ ਹਾਂ ਉਹ ਵੀ ਨਾਲ ਲੈ ਕੇ ਆਏ ਹਾਂ। ਅਤੇ ਟਵਿਨ ਆਕਸਾਈਡ ਫੂਡ ਗ੍ਰੇਡ ਦਾ ਉਹ ਹੈਗਾ ਵਾ ਜੋ ਵੀ ਗਲਿਆਰੇ ਆਪਣੇ ਪਰਕਰਮਾ ਸਾਹਿਬ ਜਿਹੜੇ ਹੈਗੇ ਆ ਅਤੇ ਜਿੰਨੇ ਵੀ ਆਪਣੇ ਕਮਰੇ ਨੇ ਅਤੇ ਜਿੰਨੇ ਵੀ ਸਰਾਵਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਅੱਜ ਸੈਨੇਟਾਈਜ਼ ਕਰਾਂਗੇ। 2 ਦਿਨ ਸਾਨੂੰ ਇਸ ਦਿਨ ਰਾਤ ਲਾ ਕੇ ਅਸੀਂ ਕੰਪਲੀਟ ਕਰਾਂਗੇ। ਟੋਟਲ ਅਸੀਂ ਪੂਰੇ ਪਾਸੀ ਪਰਿਵਾਰ ਦੇ ਵਿੱਚੋਂ 5 ਭਰਾ ਆਏ ਹਾਂ ਅਤੇ ਨਾਲ ਸਾਡੇ ਸੱਜਣ ਮਿੱਤਰ ਜਿਹੜੇ ਸਾਨੂੰ ਪਹਿਲੇ ਦਿਨ ਤੋਂ ਸਾਡੇ ਨਾਲ ਨੇ ਉਹ ਨੇ। ਅਸੀਂ ਸਾਰੇ ਜਣੇ ਵੀ ਜਿੱਥੇ ਇਸ ਛੋਟੀ ਮਸ਼ੀਨ ਦੇ ਨਾਲ ਹੋਊਗਾ ਉਹ ਅੰਦਰ ਗਲਿਆਰਿਆਂ ਦੇ ਵਿੱਚ ਅਸੀਂ ਉੱਥੇ ਕਰਾਂਗੇ। ਜਿੱਥੇ ਮਸ਼ੀਨ ਦੀ ਪਹੁੰਚ ਨਹੀਂ ਹੋਊਗੀ ਉੱਥੇ ਅਸੀਂ ਛੋਟੇ ਬੈਟਰੀ ਵਾਲੇ ਸਪਰੇਅਰ 10 ਬੈਟਰੀ ਵਾਲੇ ਸਪਰੇਅਰ ਲੈ ਕੇ ਆਏ ਹਾਂ ਵੀ ਉੱਥੇ ਜਾ ਕੇ ਅਸੀਂ ਉਹਨਾਂ ਸਪਰੇਅ ਕਰ ਸਕੀਏ। ਉਸ ਤੋਂ ਇਲਾਵਾ ਜੋ ਵੱਡੀ ਜਿਹੜੀ ਟਰਨੈਡੋ 4 ਦੀ ਜਿਵੇਂ ਵੱਡੀ ਮਸ਼ੀਨ ਆ ਸਾਡੀ ਉਹ ਅਸੀਂ ਜੋ ਵੀ ਜਿੰਨੇ ਵੀ ਰਾਸਤੇ ਦਰਬਾਰ ਸਾਹਿਬ ਨੂੰ ਆਉਂਦੇ ਨੇ ਅਤੇ ਉਹਨਾਂ ਸਾਰੀਆਂ ਗਲੀਆਂ ਦੇ ਵਿੱਚ ਉਹ ਟਰੈਕਟਰ ਦੇ ਨਾਲ ਉਹ ਮਸ਼ੀਨ ਦੇ ਨਾਲ ਅਸੀਂ ਸਪਰੇਅ ਕਰਾਂਗੇ ਜੀ। ਹੁਣ ਤੱਕ ਜੀ ਅਸੀਂ ਲੁਧਿਆਣਾ ਜ਼ਿਲ੍ਹਾ ਕਵਰ ਕਰ ਚੁੱਕੇ ਹਾਂ ਜੀ ਕਾਫੀ ਹੱਦ ਤੱਕ ਅਤੇ ਉਹਦੇ ਵਿੱਚ ਹੁਣ ਪ੍ਰਸ਼ਾਸਨ ਲੱਗਿਆ ਹੋਇਆ ਨਾਲ ਅਤੇ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਕਾਫੀ ਹੱਦ ਤੱਕ ਕੀਤਾ ਅਤੇ ਉੱਥੇ ਹੁਣ ਪ੍ਰਸ਼ਾਸਨ ਲੱਗਿਆ ਹੋਇਆ। ਕਪੂਰਥਲਾ ਹੋ ਗਿਆ, ਰਾਣਾ ਗੁਰਜੀਤ ਸਿੰਘ ਜੀ ਜਿਹੜੇ ਹੈਗੇ ਨੇ ਉਹ ਕਾਫੀ ਉੱਦਮ ਕਰ ਰਹੇ ਨੇ ਉਸ ਮਸਲਿਆਂ ਦੇ ਵਿੱਚ ਅਤੇ ਜਲੰਧਰ ਹੋ ਗਿਆ ਜੀ ਅਤੇ ਮਜੀਠਾ ਹੋ ਗਿਆ ਅਤੇ ਮੋਹਾਲੀ ਦੇ ਕੁਛ ਏਰੀਏ ਅਸੀਂ ਕੀਤੇ ਸੀਗੇ ਅਤੇ ਜਿੱਥੇ ਜਿੱਥੇ ਸਾਡੇ ਕੋਲ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਅਸੀਂ ਆਪਣੇ ਵੱਲੋਂ ਨਿਭਾ ਰਹੇ ਹਾਂ ਤਾਂ ਜੋ ਜਿੱਥੇ ਅਸੀਂ ਜਾਂਦੇ ਹਾਂ ਤਾਂ ਥੋੜ੍ਹੀ ਜਿਹੀ ਉੱਥੇ ਜਾਗਰੂਕਤਾ ਫੈਲਦੀ ਆ ਅਤੇ ਲੋਕ ਫਿਰ ਆਪ ਮੁਹਾਰੇ ਹੋ ਜਾਂਦੇ ਨੇ ਅਤੇ ਉਹਦੇ ਨਾਲ ਕੀ ਹੁੰਦਾ ਵੀ ਲੋਕ ਆਪਣੇ ਆਪ ਹੀ ਆਪਣੇ ਆਪਣੇ ਏਰੀਏ ਨੂੰ ਸੈਨੀਟਾਈਜ਼ ਕਰਨ ਦੀ ਯਤਨਸ਼ੀਲ ਹੋ ਜਾਂਦੇ ਨੇ। ਅੱਜ ਸਮੁੱਚੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਕਾਰਨ ਮਹਾਂਮਾਰੀ ਦਾ ਪ੍ਰਕੋਪ ਜਿਹੜਾ ਜਾਰੀ ਹੈ
ਤੇ ਸਾਰੇ ਦੇਸ਼ ਦੇ ਵਿੱਚ ਹੀ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਨੇ ਵੱਖਰੇ ਵੱਖਰੇ ਮੁਲਕਾਂ ਦੀਆਂ ਉਹ ਸੈਨੀਟਾਈਜ਼ ਕਰਨ ਦੀਆਂ ਜਿਹੜੀਆਂ ਸਲਾਹਾਂ ਦੇ ਰਹੀਆਂ ਜਗਤ ਸੁੱਖ ਇੰਡਸਟਰੀ ਅਤੇ ਅਕਾਲ ਚੈਨਲ ਵੱਲੋਂ ਸਾਂਝੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੈਨੀਟਾਈਜ਼ ਕਰਨ ਦੀ ਸੇਵਾ ਜਿਹੜੀ ਹੈ ਅੱਜ ਪ੍ਰਾਰੰਭ ਹੋਈ ਹੈ ਅਤੇ ਜਗਤ ਸੁੱਖ ਇੰਡਸਟਰੀ ਅਤੇ ਅਕਾਲ ਚੈਨਲ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਇੱਕ ਸੈਨੀਟਾਈਜ਼ਰ ਹੈ ਮਸ਼ੀਨ ਵੀ ਜਿਹੜੀ ਉਹ ਭੇਟ ਕੀਤੀ ਗਈ ਹੈ ਸਮੇਂ ਦੀ ਜ਼ਰੂਰਤ ਹੈ ਅੱਜ ਦਰਬਾਰ ਸਾਹਿਬ ਤੋਂ ਸੇਵਾ ਦਾ ਜਿਹੜਾ ਆਗਾਜ਼ ਹੋਇਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਹੀ ਇਹਨਾਂ ਸੇਵਾਦਾਰਾਂ ਵੀਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਸਾਰਿਆਂ ਨੂੰ ਖੁਸ਼ੀਆਂ ਖੇੜੇ ਪਿਆਰ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।